ਬਾਪੂ ਜੀ ਖਰੜ ਦੇ ਵਿੱਚ ਸੀਗੇ 40 ਤੋਂ 50, ਹੈ ਨਾ, ਜੋ ਮੰਡੀ ਦੇ ਵਿੱਚ ਲੇਬਰ ਸੀਗੀ ਉਹਦੇ ਵਿੱਚ ਰਹਿੰਦੇ ਸੀ, ਬਹੁਤ ਔਖੇ ਹਾਲਾਤਾਂ ਦੇ ਵਿੱਚ ਰਹਿ ਰਹੇ ਸੀਗੇ। ਕਿਆ ਫਰਕ ਹੈ? ਅਰੇ ਫਰਕ ਕਿਆ ਹੈ? ਹੁਣ ਮੈਂ ਤੁਰ ਕੇ ਆਪਣਾ ਪਿਸ਼ਾਬ ਕਰੇ ਆਪ ਚਲੇ ਜਾਂਦੇ ਹੋ? ਹੁਣ ਮੈਂ ਕੁਰਸੀ ਦਾ ਵੀ ਸਹਾਰਾ ਛੱਡਤਾ। ਕਿੰਨੇ ਦਿਨ ਹੋਏ ਆਏ ਹੋਏ? ਮੈਨੂੰ 2 ਦਿਨ ਹੋਏ। 2 ਦਿਨਾਂ ਚ ਇੰਨਾ ਫਰਕ ਪੈ ਗਿਆ? ਠੀਕ ਹੋ ਹੁਣ? ਸਤਿ ਸ਼੍ਰੀ ਅਕਾਲ। ਤੁਹਾਨੂੰ ਕਿੰਨੇ ਦਿਨ ਹੋਏ ਆਏ ਹੋਏ? 15 ਦਿਨ ਦੇ ਵਿੱਚ ਸਹੀ ਸੀ ਦੱਸਿਓ, ਕਿਆ ਬਦਲਾਵ ਆਏ? ਸੋਚ ਵੀ ਨਹੀਂ ਸੀ ਸਕਦੀ ਕਿ ਮੇਰੇ ਨੂੰ ਪੈਰਾਂ ਤੇ ਖੜੀ ਹੋ ਪਾਉਂਗੀ। ਮੈਂ ਦੇਖ ਰਿਹਾ ਸੀ ਤੁਸੀਂ 1.5 ਸਾਲ ਬਾਅਦ ਤੁਸੀਂ ਪੈਰਾਂ ਤੇ ਖੜੇ ਹੋ। ਬਟ ਹੁਣ ਮੈਂ 50% ਇੰਪਰੂਵਮੈਂਟ ਕੀਤੀ ਹੈ ਮੇਰੇ ਖਾਂ ਚ। ਇਹ ਬਹੁਤ ਵੱਡੀ ਗੱਲ ਕਹਿ ਰਹੇ ਹੋ ਤੁਸੀਂ, 15 ਦਿਨ ਚ 50% ਇੰਪਰੂਵਮੈਂਟ। ਮੇਰੇ ਹਸਬੰਡ ਦੋਨੋਂ ਹੈਂਡੀਕੈਪ ਚੜਨਾ ਜੀ, ਸਾਨੂੰ ਫੈਮਿਲੀ ਸਪੋਰਟ ਵੀ ਇੰਨੀ ਮਿਲੀ ਜਿੰਨੀ ਤੁਹਾਡੇ ਵੱਲੋਂ ਮਿਲੀ ਹੈ। ਮੈਂ ਤਾਂ ਕਹਿੰਦੀ ਵਾਂਗ ਤੁਹਾਨੂੰ ਚੜਦੀ ਗੱਲ ਸੇ ਸ਼ੁਕਰ ਸ਼ੁਕਰ ਜ਼ਰੂਰ ਇੱਥੇ ਵੀਡੀਓ ਜ਼ਰੂਰ ਅੱਗੇ ਸ਼ੇਅਰ ਕਰਿਆ ਕਰੋ। ਇਹਨਾਂ ਕੋਲ ਵੀ ਇੱਦਾਂ ਹੀ ਵੀਡੀਓਜ਼ ਪਹੁੰਚਦੇ ਨੇ, ਦੇਖਦੇ ਨੇ, ਤਾਂ ਲੋਕ ਸਾਨੂੰ ਫੋਨ ਕਰ ਪਾਉਂਦੇ ਨੇ। ਤੁਹਾਡੇ ਹਰੇਕ ਵੀਡੀਓ ਸ਼ੇਅਰ ਕੀਤਾ ਆਪਣੇ ਆਪ 'ਚ ਜ਼ਿੰਦਗੀਆਂ ਬਚਾਉਣ ਦੇ ਵਿੱਚ ਬਹੁਤ ਸਹਿਯੋਗ ਪਾ ਰਹੇ ਹਾਂ ਜੀ। SHS ਦੀ ਕੇਅਰ ਸੈਂਟਰ ਮਦਰਹੇੜੀ ਖੜ੍ਹੇ ਹਾਂ, ਤੁਹਾਡੇ ਤੋਂ ਕਿਆ ਗੁਜ਼ਾਰਿਸ਼ ਕਰਦੇ ਹਾਂ, ਹਮੇਸ਼ਾ ਵੀਡੀਓ ਨੂੰ ਸ਼ੇਅਰ ਕਰਦੇ ਰਹੋ, ਅੱਗੇ ਪਹੁੰਚਾਉਂਦੇ ਰਹੋ। ਕਿਉਂ ਪਹੁੰਚਾਉਂਦੇ ਰਹੋ? ਕਿਉਂਕਿ ਬਹੁਤ ਸਾਰੇ ਜ਼ਰੂਰਤਮੰਦ ਲੋਕਾਂ ਨੂੰ ਜੋ ਕਿਸੇ ਨਾ ਕਿਸੇ ਭਿਆਨਕ ਅਵਸਥਾ ਵਿੱਚ ਜਾਂ ਬਹੁਤ ਹੀ ਮਾੜੀ ਅਵਸਥਾ ਵਿੱਚ ਪਏ ਨੇ, ਸੜਕਾਂ 'ਤੇ ਪਏ ਨੇ ਜਾਂ ਖੰਡਰਾਂ 'ਚ ਪਏ ਨੇ ਜਾਂ ਜਰਜਰ ਹਾਲਾਤਾਂ ਦੇ ਘਰਾਂ ਦੇ ਵਿੱਚ ਪਏ ਨੇ, ਉਹਨਾਂ ਨੂੰ ਸੇਵਾ ਦੀ ਲੋੜ ਹੈ। ਬਹੁਤ ਸਾਰੇ ਲੋਕ ਦੇਖਦੇ ਆ ਔਰ ਸਮਝਦੇ ਕਿ ਕਰੀਏ ਕਿਆ, ਨਾ ਹੁਣ ਕਰੀਏ ਕਿਆ, ਉਹ ਲੋਕ ਸਾਨੂੰ ਫੋਨ ਕਰ ਸਕਦੇ ਜੇ ਉਹਨਾਂ ਨੇ ਸਾਡਾ ਵੀਡੀਓ ਦੇਖਿਆ ਹੋਏਗਾ। ਇਹ ਵੀਡੀਓ ਕੌਣ ਸਪਰੈਡ ਕਰੇਗਾ? ਇਹ ਤੁਸੀਂ ਕਰੋਗੇ। ਤੁਹਾਡਾ ਵੀਡੀਓ ਸਪਰੈਡ ਕਰਨਾ ਆਪਣੇ ਆਪ 'ਚ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਬਾਬਾ ਜੀ ਦੀ ਗੱਲ ਕਰਦੇ, ਬਾਬਾ ਜੀ ਖਰੜ ਤੋਂ ਆਏ ਨੇ ਨਾਲ ਸਾਡੇ। ਬਾਪੂ ਜੀ ਕਿਆ ਹਾਲ ਚਾਲ ਨੇ? ਹਾਂਜੀ ਬਹੁਤ ਵਧੀਆ ਜੀ। ਹਾਂਜੀ ਕਿਵੇਂ ਲੱਗ ਰਿਹਾ? ਉਸੇ ਨਾਲੋਂ ਬਹੁਤ ਸਹੀ। ਕਿਆ ਫਰਕ ਹੈ? ਅਰੇ ਫਰਕ ਕਿਆ ਹੈ? ਹੁਣ ਮੈਂ ਤੁਰ ਕੇ ਆਪਣਾ ਪਿਸ਼ਾਬ ਕਰੇ ਉਹਦਾ ਆਪ ਚਲੇ ਜਾਂਦੇ ਹੋ? ਲੈਟਰੀ ਵੀ ਜਾ ਉਹਦਾ ਕਿੰਨੇ ਦੂਜੇ ਬੰਦੇ ਤੇ? ਅੱਛਾ ਥੋੜਾ ਜਿਹਾ ਸਹਾਰਾ ਲੈ ਲਈ, ਥੋੜਾ ਜਿਹਾ ਸਹਾਰਾ ਲੈ ਲੈਂਦੇ ਹੋ। ਤੇ ਕਿੱਥੇ ਸੀਗੇ ਤੁਸੀਂ? ਹੈ ਬੇਟਾ ਕਿੱਥੇ ਸੀਗੇ? ਕੌਣ ਆਸੀ? ਹਾਂ ਹੁਣ ਪਹਿਲਾਂ ਪਹਿਲਾਂ ਤਾਂ ਘਰ ਤੇ ਜੀ, ਬੱਚੇ ਖਰਚਾ ਦਿੰਦੇ ਡਾਕਟਰ ਨੂੰ ਘਰੇ। ਅੱਛਾ ਨੌਕਰ ਇੱਥੇ ਨਾਲੋਂ ਤੇ ਉੱਥੇ ਨਾਲੋਂ ਫਰਕ ਕਿਆ? ਉਹਦੇ ਨਾਲੋਂ ਉਹਦੇ ਸਾਰੇ ਬੱਚੇ ਕੇਅਰ ਕਰਦੇ। ਅੱਛਾ ਨੌਕਰ ਨੂੰ ਟੈਲੀਫੋਨ ਕਰੋ, ਉਹ ਪਤਾ ਨਹੀਂ ਕਿੱਧਰ ਨੂੰ ਲੰਘ ਜਾਂਦਾ ਤਾ। ਸੋ ਫਿਰ ਲੜਕੇ ਵੀ ਡਿਊਟੀ ਤੇ ਬਾਅਦ ਆਉਂਦੇ, ਹਾਲ ਚਾਲ ਪੁੱਛਦੇ ਆ ਸਾਰੇ ਇੱਥੇ ਹੁਣ। ਹਾਂ ਹਾਂ ਕਿਆ ਮਹਿਸੂਸ? ਸਾਰੇ ਕੇਅਰ ਕਰਦੇ ਬੇਟਾ। ਮਹਿਸੂਸ ਕਿਆ ਕਰਦੇ ਹੋ? ਹਾਂ ਹਾਂ ਜੋੜੇ ਵਾਲੇ ਕਹਿਣੇ ਦੀ ਲੋੜ ਨਹੀਂ ਪੈਂਦੀ, ਪਿਆਰ ਔਰ ਇੱਜ਼ਤ ਮਿਲਦੀ ਹੈ। ਹਾਂ ਹਾਂ ਹਾਂਜੀ ਹੈ ਬੇਟਾ, ਪਿਆਰ ਤੇ ਇੱਜ਼ਤ ਮਿਲਦੀ ਹੈ। ਹਾਂ ਹਾਂ ਹਾਂਜੀ ਥੋੜਾ ਜਿਹਾ ਮੈਨੂੰ ਪਤਾ ਸੀ ਤੁਹਾਨੂੰ ਉੱਚਾ ਸੁਣਦਾ, ਤੁਹਾਡੇ ਕੰਨਾਂ ਦਾ ਇਲਾਜ ਵੀ ਚੱਲੇਗਾ ਹੁਣ, ਹੈਨਾ? ਠੀਕ ਹੈ, ਉਹਦੇ ਲਈ ਵੀ ਨਾਲੋਂ ਬਾਅਦ ਠੀਕ ਹੈ ਬੇਟਾ। ਠੀਕ ਹੈ, ਹੁਣ ਮੈਂ ਕੁਰਸੀ ਦਾ ਵੀ ਸਹਾਰਾ ਛੋੜਦਾ ਛੱਡਤਾ। ਕਿੰਨੇ ਦਿਨ ਹੋਏ ਆਏ ਹੋਏ? ਮੈਨੂੰ 2 ਦਿਨ ਹੋਏ। 2 ਦਿਨਾਂ ਚ ਇੰਨਾ ਫਰਕ ਪੈ ਗਿਆ? ਹੁਣ ਵਾਕਰ ਸਾਰਾ ਮਿਲ ਜਾਂਦੇ? ਹਾਂ ਬਹੁਤ ਹੀ ਵਧੀਆ। ਬਾਪੂ ਜੀ ਖਰੜ ਦੇ ਵਿੱਚ ਸੀਗੇ ਔਰ ਸਹੀ ਦੱਸਾਂ ਤਾਂ ਇਹਨਾਂ ਦੇ ਰਿਸ਼ਤੇਦਾਰ ਇਹਨਾਂ ਨੂੰ ਸਪੋਰਟ ਕਰਨਾ ਚਾਹੁੰਦੇ ਸੀ, ਬਟ ਕਈ ਵਾਰ ਹਾਲਾਤ ਇੱਦਾਂ ਦੇ ਬਣ ਜਾਂਦੇ ਚਾਹ ਕੇ ਵੀ ਸਪੋਰਟ ਨਹੀਂ ਕਰ ਪਾਉਂਦੇ ਨਾ, ਸਾਹਮਣੇ ਵਾਲਾ ਮਦਦ ਲੈ ਵੀ ਨਹੀਂ ਪਾਉਂਦਾ,
ਕਈ ਵਾਰ ਸਮਾਜਿਕ ਮਜਬੂਰੀਆਂ ਜਾਂ ਫਿਰ ਸਾਈਕੈਟ੍ਰਿਕ ਮਜਬੂਰੀਆਂ ਆ ਜਾਂਦੀਆਂ ਨੇ, ਹੈ ਨਾ, ਇੱਕ ਸਾਡਾ ਮੈਂਟਲ ਸੈਟਅਪ ਇਸ ਤਰ੍ਹਾਂ ਬਣਿਆ ਹੁੰਦਾ। ਮੈਨੂੰ ਦੱਸਿਆ ਜਾਂਦਾ ਕਿ 40 to 50 ਹੈ ਨਾ ਜੋ ਮੰਡੀ ਦੇ ਵਿੱਚ ਲੇਬਰ ਸੀ ਉਹਦੇ ਵਿੱਚ ਰਹਿੰਦੇ ਸੀ, ਪਤਾ ਨਹੀਂ ਕਿ ਕਿਹਨਾਂ ਹਾਲਾਤਾਂ ਦੇ ਵਿੱਚ ਸੀਗੇ, ਬਹੁਤ ਔਖੇ ਹਾਲਾਤਾਂ ਦੇ ਵਿੱਚ ਰਹਿ ਰਹੇ ਸੀਗੇ। ਬਟ ਠੀਕ ਨੇ, ਹੁਣ ਇੱਥੇ ਕਾਫ਼ੀ ਸੁਧਾਰ ਆ ਅੱਗੇ ਨਾਲੋਂ, ਜਿਵੇਂ ਜਿਵੇਂ ਡਾਇਟ ਔਰ ਡਿਸਿਪਲਿਨ ਡਾਇਟ ਦੇ ਵਿੱਚ ਸੇਵਾ ਚੱਲੇਗੀ ਔਰ ਫਿਜੀਓਥੈਰੇਪੀ ਸੈਸ਼ਨ ਚੱਲਣਗੇ, ਉੱਦਾਂ ਉੱਦਾਂ ਹੈਲਥ ਵੀ ਇੰਪਰੂਵ ਕਰੇਗੀ ਨਾ ਤੁਹਾਡੇ ਨਾਲ ਅੱਗੇ ਅੱਗੇ ਜਿਵੇਂ ਜਿਵੇਂ ਇਹਨਾਂ ਦੀ ਪ੍ਰੋਗਰੈਸ ਹੋਏਗੀ ਹੈਲਥ ਦੇ ਵਿੱਚ। ਜ਼ਰੂਰ ਸਾਂਝੇ ਕਰਦੇ ਰਹਾਂਗੇ ਤੁਹਾਡੇ ਨਾਲ ਗੱਲਾਂ ਸਾਰੀਆਂ, ਔਰ ਤੁਹਾਨੂੰ ਇਹੀ ਉਮੀਦ ਕਰਦੇ ਹਾਂ, ਹਮੇਸ਼ਾ ਗੱਲ ਕਰਦੇ ਕਿ ਜ਼ਰੂਰ ਸਾਡੇ ਵੀਡੀਓ ਜ਼ਰੂਰ ਸਾਂਝੇ ਕਰਦੇ ਰਿਹਾ ਕਰੋ। ਕਿਉਂ ਜ਼ਰੂਰੀ ਹੈ, ਕਿਉਂ ਸਾਂਝੇ ਕਰਦੇ ਰਿਹਾ ਕਰੋ? ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਲੋੜ ਹੁੰਦੀ ਹੈ ਔਰ ਤੁਸੀਂ ਇਹ ਸ਼ਬਦ ਅੱਗੇ ਪਹੁੰਚਾਉਂਦੇ ਹੋ ਨਾ, ਅਤੇ ਤਾਂ ਆਪਾਂ ਗੱਲ ਕਰਦੇ ਰਹਿੰਦੇ ਹਾਂ। ਹਾਂਜੀ ਭੈਣ ਜੀ, ਠੀਕ ਹੋ? ਸਤਿ ਸ਼੍ਰੀ ਅਕਾਲ। ਤੁਹਾਨੂੰ ਕਿੰਨੇ ਦਿਨ ਹੋਏ ਆਏ ਹੋਏ? ਮੈਨੂੰ 15 ਦਿਨ ਹੋ ਗਏ। 15 ਦਿਨ ਹੋਏ ਆ। ਆਪਾਂ ਥੋੜੀ ਦੇਰ ਪਹਿਲਾਂ ਗੱਲ ਕਰ ਰਹੇ ਸੀ, ਸਾਡੇ ਨਾਲ ਕੈਮਰੇ ਤੇ ਗੱਲ ਕਰੋਗੇ ਥੋੜੀ ਜੀ? ਹਾਂਜੀ। 15 ਦਿਨ ਦੇ ਵਿੱਚ ਸਹੀ ਦੱਸਿਓ, ਕਿਆ ਬਦਲਾਵ ਆਏ ਹਾਲੇ ਤੱਕ? ਮੈਂ ਮਤਲਬ ਸੋਚ ਵੀ ਨਹੀਂ ਸੀ ਸਕਦੀ ਕਿ ਕਦੇ ਮੈਂ ਪੈਰਾਂ ਤੇ ਖੜੀ ਹੋ ਪਾਉਂਗੀ। ਮੈਂ ਦੇਖ ਰਿਹਾ ਸੀ ਤੁਸੀਂ 1.5 ਸਾਲ ਬਾਅਦ ਤੁਸੀਂ ਪੈਰਾਂ ਤੇ ਖੜੇ ਹੋਏ ਹੋ। ਹਾਂਜੀ, ਪਹਿਲੀ ਵਾਰ ਹੋਇਆ ਹੈ। ਮਤਲਬ ਮੈਂ ਸਪੋਰਟ ਲੈ ਕੇ ਤਾਂ ਖੜੀ ਹੋ ਸਕਦੀ ਸੀ, ਬਟ ਮੇਰਾ ਆਪਣਾ ਬੈਲੈਂਸ ਨਹੀਂ ਸੀਗਾ, ਲੱਕ ਦਾ ਤਾਂ ਬਿਲਕੁਲ ਨਹੀਂ ਸੀਗਾ। ਅੱਛਾ। ਤੇ ਜਿੱਦਾਂ ਮੈਂ ਉੱਠਣਾ ਹੈ ਸਟੈਂਡ ਕੋਈ ਚੀਜ਼ ਫੜ ਕੇ ਫਿਰ ਉੱਠਣਾ, ਜਾਂ ਜਿੱਦਾਂ ਮੈਂ ਵੈਸੇ ਵੀ ਨੀਚੇ ਉੱਤਰਨਾ, ਮੈਨੂੰ ਆਹ ਚੀਜ਼ ਦਾ ਬਹੁਤ ਜ਼ਿਆਦਾ ਜ਼ੋਰ ਲਾਉਣਾ ਪੈਂਦਾ ਸੀਗਾ। ਅੱਛਾ। ਬਟ ਹੁਣ ਮੈਂ 50% ਇੰਪਰੂਵਮੈਂਟ ਕੀਤੀ ਹੈ ਮੇਰੇ ਖਿਆਲ 'ਚ। ਇਹ ਬਹੁਤ ਵੱਡੀ ਗੱਲ ਕਹਿ ਰਹੇ ਹੋ ਤੁਸੀਂ, 15 ਦਿਨ 'ਚ 50% ਇੰਪਰੂਵਮੈਂਟ। ਹਾਂਜੀ। ਲੋਕਾਂ ਨੇ ਕਹਿਣਾ ਝੂਠ ਬੋਲਦੇ ਆ। ਨਹੀਂ ਨਹੀਂ, ਮੈਂ ਤਾਂ ਕਹਿੰਦੀ ਹਾਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਵੀ ਸਾਨੂੰ ਇੰਨੀ ਫੈਸਿਲਿਟੀਜ਼ ਦੇ ਰਹੇ ਆ, ਮੈਂ ਸਾਨੂੰ ਘਰੇ ਵੀ ਨਹੀਂ ਮਿਲਦੀਆਂ। ਇਹ ਸੰਗਤ ਰੂਪ ਦੇ ਵਿੱਚ ਸੰਗਤ ਦੇ ਪਾਉਂਦੀ ਹੈ ਜੀ, ਹੈ ਨਾ? ਮਤਲਬ ਇਹ ਨਹੀਂ ਹੈ ਕਿ ਸਿਰਫ ਮੈਡੀਕਲ ਫੈਸਿਲਿਟੀ, ਖਾਣਾ ਰਹਿਣਾ ਸੌਣਾ, ਮਤਲਬ ਘਰੇ ਵੀ ਬੰਦਾ ਇੰਨਾ ਨੋਰਮਲੀ ਪ੍ਰੋਵਾਈਡ ਨਹੀਂ ਕਰ ਸਕਦਾ। ਤੁਹਾਨੂੰ ਬਹੁਤ ਸਾਰੀਆਂ ਭੈਣਾਂ ਦੇਖ ਰਹੀਆਂ ਹੋਣਗੀਆਂ, ਉਹ ਆਉਣ ਤੋਂ ਪਹਿਲਾਂ 100 ਤਰੀਕੇ ਦੇ ਮਨ ਦੇ ਵਿੱਚ ਵਿਚਾਰ ਹੋਣਗੇ ਕਿ ਇੱਦਾਂ ਦਾ ਮਾਹੌਲ ਹੋਏਗਾ, ਅਸੀਂ ਰਹਿ ਪਾਵਾਂਗੇ, ਕਿਉਂਕਿ ਹਸਪਤਾਲਾਂ 'ਚ ਮਾਹੌਲ ਹੋਰ ਤਰ੍ਹਾਂ ਦਾ ਹੁੰਦਾ, ਹੈ ਨਾ? ਉਹਨਾਂ ਨੂੰ ਕੁਛ ਕਹਿਣਾ ਚਾਹੋਗੇ ਜੇ ਉਹ ਇਲਾਜ ਕਰਾਉਣਾ ਚਾਹੁੰਦੀਆਂ ਨੇ, ਸੋਚ ਰਹੀਆਂ ਹੋਣਗੀਆਂ? ਮੈਂ ਤਾਂ ਇੰਨਾ ਗੱਲ ਕਹੂੰਗੀ ਵੀ ਮੈਂ ਕਦੇ ਆਪਾਂ ਆਪਣੇ ਘਰ 'ਚ ਵੀ ਇੰਨਾ ਸੇਫ ਮਹਿਸੂਸ ਨਹੀਂ ਕਰਦੇ ਜਿੰਨਾ ਅਸੀਂ ਇੱਥੇ ਸੇਫ ਹਾਂ। ਅਸੀਂ ਹੱਸਦੇ ਵੀ ਹਾਂ, ਖੇਡ ਬੋਲਦੇ ਵੀ ਹਾਂ, ਇੱਕ ਦੂਜੇ ਨਾਲ ਗੱਲ ਵੀ ਕਰਦੇ ਹਾਂ, ਸਾਰੇ ਪੇਸ਼ੈਂਟਸ ਨਾਲ ਮਿਲਦੇ ਹਾਂ, ਭੈਣ ਭਾਈਆਂ ਵਾਲਾ ਮਾਹੌਲ ਹੈ, ਭੈਣ ਭਾਈਆਂ ਦੀ ਤਰ੍ਹਾਂ ਰਹਿੰਦੇ ਹਾਂ, ਖਾਂਦੇ ਵੀ ਇਕੱਠੇ ਹਾਂ, ਬੈਠਦੇ ਖੜ੍ਹਦੇ ਗੱਲਬਾਤ ਕਰਦੇ ਹਾਂ, ਮਤਲਬ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ, ਕਿਸੇ ਦੀ ਕੋਈ ਦਬਾਅ ਨਹੀਂ ਹੈਗਾ, ਕਿਸੇ ਦਾ ਕੋਈ ਪ੍ਰੈਸ਼ਰ ਨਹੀਂ ਹੈਗਾ। ਡਾਕਟਰਸ ਬਹੁਤ ਅੱਛੇ ਆ, ਡਾਕਟਰਸ ਮਤਲਬ ਮੈਂ ਨਹੀਂ ਸੋਚ ਸਕਦੀ ਵੀ ਕੋਈ ਡਾਕਟਰ ਇੰਨਾ ਮੋਟੀਵੇਸ਼ਨਲੀ ਸਾਨੂੰ ਸਪੋਰਟ ਕਰ ਸਕਦਾ। ਸਾਰੇ ਡਾਕਟਰਸ ਮੋਸਟਲੀ ਹੁੰਦੇ ਆ ਕਿ ਟ੍ਰੀਟ ਕੀਤਾ ਚਲੋ ਜਾਓ, ਬਟ ਵੀਰ ਜੀ ਮਤਲਬ ਵਾਹਿਗੁਰੂ ਨੇ ਉਹਨੂੰ ਸਾਡੇ ਲਈ ਭੇਜਿਆ, ਮੈਨੂੰ ਕੁਛ ਨੀ, ਤੁਹਾਨੂੰ ਵੀ ਸਾਡੇ ਲਈ ਰੱਬ ਨੇ ਭੇਜਿਆ, ਜਿੱਥੇ ਵੀ ਕਹਿਣਾ ਮੈਂ ਉੱਥੇ ਚਲੇ ਜਾਣਾ। ਬਸ ਹੁਣ ਹਾਲਾਤ ਇੱਦਾਂ, ਹਰੇਕ ਜਗ੍ਹਾ ਨਿਰਾਸ਼ਾ ਮਿਲੀ, ਨਿਰਾਸ਼ਾ ਬਿਲਕੁਲ ਕੋਈ ਮਤਲਬ 5% ਦਾ ਵੀ ਫਰਕ ਨੀ ਮੈਨੂੰ ਮਹਿਸੂਸ ਹੋਇਆ। ਹੁਣ ਤੁਸੀਂ ਕਹਿ ਰਹੇ ਹੋ ਕਿ 50% ਫਰਕ ਪੈ ਗਿਆ? ਜੀ, ਮੈਂ ਖੁਦ ਆਪਣੇ ਮੂੰਹ ਨਾਲ ਕਹਿੰਦੀ ਹਾਂ ਵਡਿਆਈ ਨੀ ਹੈਗੀ, ਚਾਹੇ ਤੁਸੀਂ ਮੇਰੇ ਮਤਲਬ, ਮੈਂ ਨੀ ਕਹਿੰਦੀ ਹੈਗੀ ਤੁਹਾਨੂੰ ਪੈਸੇ ਤਾਂ ਦਿੱਤੇ ਮਿਲਦੇ ਆ ਵੀਰ ਜੀ, ਕਦੇ ਕਦੇ ਮਿਲਦੇ ਆ ਸਾਨੂੰ, ਦੀਦੀ ਹੁਣੀ ਰਹਿੰਦੇ ਆ ਸਾਡੇ ਕੋਲ, ਬਟ ਇਹ ਵਡਿਆਈ ਨੀ ਹੈਗੀ, ਇਹ ਸੱਚ ਆ।
ਬਹੁਤ ਇੰਪਰੂਵਮੈਂਟ, ਸ਼ੁਕਰ ਸ਼ੁਕਰ ਸ਼ੁਕਰ। ਖਾਣਾ ਪੀਣਾ ਹਰੇਕ ਚੀਜ਼ ਦਾ ਧਿਆਨ ਰੱਖਦੇ ਆ ਸਾਡਾ, ਸਾਡੇ ਹਸਪਤਾਲਾਂ ਦਾ ਮਾਹੌਲ ਇਸ ਤਰ੍ਹਾਂ ਦਾ ਕਿ ਅਸੀਂ ਜਾ ਕੇ ਉੱਥੇ ਬਿਮਾਰ ਪੈ ਜਾਂਦੇ ਹਾਂ ਜੀ। ਜਦ ਹਸਪਤਾਲ ਟੈਨਸ਼ਨ ਹੁੰਦੀ ਹੈ ਪੈਸੇ ਕਿੱਥੋਂ ਲੈ ਕੇ ਆਉਣੇ ਨੇ, ਦਵਾਈਆਂ ਕਿੱਥੋਂ ਖਰੀਦਣੀਆਂ ਨੇ, ਟੈਨਸ਼ਨ ਬੜੀ ਹੁੰਦੀ ਹੈ। ਦੁਬਾਰਾ ਆਵਾਂਗੇ ਕਿਵੇਂ, ਫੋਲੋ ਅਪ ਕਿਵੇਂ ਲਵਾਂਗੇ, ਆਣਾ ਜਾਣਾ ਕਿਤੇ ਸੌਖਾ ਕਿਤੇ, ਟੈਕਸੀ ਕਰੋ, ਕਿਰਾਇਆ ਕਰੋ। ਮੇਰੇ ਹਸਬੈਂਡ ਦੋਨੋਂ ਹੈਂਡੀਕੈਪਟਡ ਆ, ਸਾਨੂੰ ਫੈਮਿਲੀ ਸਪੋਰਟ ਨਹੀਂ ਇੰਨੀ ਮਿਲੀ ਜਿੰਨੀ ਤੁਹਾਡੇ ਵੱਲੋਂ ਮਿਲੀ ਆ। ਮੈਂ ਤਾਂ ਕਹਿੰਦੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ, ਸ਼ੁਕਰ ਇੰਨਾ ਤੁਸੀਂ ਸਾਡੇ ਲਈ ਕਰ ਦਿੱਤਾ। ਤੁਸੀਂ ਪਹਿਲੇ ਦਿਨ ਆਏ ਸੀ, ਤੁਹਾਡੇ ਮਨ ਦੇ ਵਿੱਚ ਬਹੁਤ ਸਾਰੇ ਵਿਚਾਰ ਸੀਗੇ, ਹਨਾ, ਹੁਣ ਉਹ ਵਿਚਾਰਾਂ ਦੇ ਜਵਾਬ ਮਿਲ ਗਏ ਆਪਣੇ ਆਪ? ਹਾਂ, ਮੈਂ ਤਾਂ ਕਹਿੰਦੀ ਮੈਂ ਤਾਂ ਇੱਥੇ ਰਹਿਣਾ ਚਾਹੁੰਦੀ, ਮੈਂ ਤਾਂ ਕੱਲ ਵੀ ਗੱਲ ਕਰ ਰਹੀ ਸੀ, ਮੈਂ ਕਿਹਾ ਅਗਰ ਮੈਂ ਠੀਕ ਵੀ ਹੋ ਗਈ ਨਾ, ਮੈਂ ਮਹੀਨੇ 'ਚ ਇੱਕ ਵਾਰੀ ਜ਼ਰੂਰ ਆਇਆ ਕਰੂੰਗੀ। ਜੀ ਜ਼ਰੂਰ ਜ਼ਰੂਰ, ਜਿਹੜੇ ਹੋਰ ਲੋਕ ਆ ਉਹਨਾਂ ਦੀ ਸੇਵਾ ਜ਼ਰੂਰ। ਜੀ ਬਹੁਤ ਜ਼ਰੂਰੀ ਹੈ ਜੀ, ਬਹੁਤ ਜ਼ਰੂਰੀ ਹੈ, ਇਕੱਠੇ ਰਲ ਮਿਲ ਕੇ ਸੰਗਤ ਰੂਪ 'ਚ ਹੋ ਪਾਣਾ ਜੀ, ਹਨਾ, ਰਲ ਮਿਲ ਕੇ ਸੇਵਾਵਾਂ ਚੱਲ ਰਹੀਆਂ। ਤੁਹਾਡੇ ਤੋਂ ਗੁਜ਼ਾਰਿਸ਼ ਕਿਆ ਹੁੰਦੀ ਹੈ, ਜ਼ਰੂਰ ਇੱਥੇ ਵੀਡੀਓ ਜ਼ਰੂਰ ਅੱਗੇ ਸ਼ੇਅਰ ਕਰਿਆ ਕਰੋ, ਇਹਨਾਂ ਕੋਲ ਵੀ ਇੱਦਾਂ ਹੀ ਵੀਡੀਓਜ਼ ਪਹੁੰਚਦੇ ਨੇ, ਦੇਖਦੇ ਨੇ ਤਾਂ ਲੋਕ ਸਾਨੂੰ ਫੋਨ ਕਰ ਪਾਉਂਦੇ ਨੇ। ਤੁਹਾਡੇ ਹਰੇਕ ਵੀਡੀਓ ਸ਼ੇਅਰ ਕੀਤਾ ਆਪਣੇ ਆਪ 'ਚ ਜ਼ਿੰਦਗੀਆਂ ਬਚਾਉਣ ਦੇ ਵਿੱਚ ਬਹੁਤ ਸਹਿਯੋਗ ਪਾ ਰਿਹਾ।